हैलो यूट्यूब, स्वागत है थोड़ा अपने अगले ब्लॉग दे विच। अज आपां चले जी शूटिंग ते। अपने लोगा भाजी नेड़े ही इत्थे गाना शूट करन आए हुए सी, उन्होंने आपां नूं फोन करिया ते हुण आपां चलदे आ उत्थे ते नाले तुहानूं लोकेशन ते जा के मिलदे आ। हाँ भी मित्रों, आपां पहुँच गए अपनी लोकेशन ते, द रॉयल हवेली। इत्थे चल रहा जी अज सौंग दा शूट, शूट करन आए हुए ने अपने लोगा भाजी होरीं, ते अज तुहानूं उन्हां नाल भी मिलाउणे चल के। ते आ लोकेशन दा व्यू है जी, अंदरों डेको डुकोरेशन करी हुई है वधिया सोहनी, ते ओह सारी डायरेक्शन टीम भी फिरदी हैगी। कैमरा कूमरा सैटअप हो रहा हजे, लगभग टाइम लगना हजे इन्हां नूं। चलो मिलदे आने आपां लोगा भाजी नूं। गल्लां च व्यस्त नहीं हजे, गौर नहीं हैगी, देखो निकलनी जमीन भाई। सत श्री अकाल जी। सैट भी सारा तैयार लगभग, बारे चोबर डायरेक्शन टीम ऑल सेट रेडी। हाँ जी, सत श्री अकाल जी सारिआं नूं। अपना वीर सैंबर ब्लॉग बनाउंदा है, अज दा ब्लॉग तुसीं सारिआं ने देखना है। बड़ा घैंट चीज़ है, नवीं चीज़ दिखावांगे। छोटा सूट है एक, उहनूं दिखावांगे तुहानूं अज। पर सारे सबसक्राइब कर लो चैनल नूं, ते लाइक कमेंट करके दसो किदां लग्या, वधिया लग्या जे घटिया लग्या तां वी दसो, आपां अगे तों चेंज कर लवांगे। धन्नवाद। बाकी सब तां ठीक है जी, पर तुहाडे वाला सूट हुंदा छोटा नहीं हुंदा। नहीं, छोटे सूट वाली गल तुसीं गलत कह गए। मैं पहला कह के तां मैं होर तां होर, मैं सैटअप पूरा घैंट रखा हुआ। मैं अज साडे डायरेक्टर साहब ने, नहीं डायरेक्टर कोई नहीं, वीडियो टाइम पास कर रहे हैं। ना ना तुसीं टाइम पास करदे, फिर असीं तां मतलब दुनिया ते आई नहीं इस हिसाब नाल। तां ਤੁਸੀਂ ਬਲੌਗਰ ਤਕੜੇ ਹੋ, ਇਹ ਕਹੋ। ਨਾ ਨਾ, ਇਹ ਤਾਂ ਤੁਹਾਡੇ ਚਰਨਾਂ ਦੀ ਧੂੜ ਹੈ ਜੀ। ਚਰਨਾਂ ਹੀ ਧੂੜ ਤਾਂ ਸੀ, ਬਾਪੂ ਜੀ ਦੀ ਧੂੜ ਹੈ। ਨਾ ਨਾ ਜੀ, ਹਾਲ ਤਾਂ ਸ਼ੁਰੂ ਹੀ ਕੀਤਾ। ਨਹੀਂ ਨਹੀਂ, ਵਧੀਆ ਕੰਮ ਹੈ ਵੀਰੇ। ਅੱਜ ਕੱਲ੍ਹ ਜਿਹੜੀ ਚੀਜ਼ ਤੁਸੀਂ ਦਿਖਾਉਂਦੇ ਹੋ ਨਾ ਚੀਜ਼ਾਂ, ਬਾਹਰ ਆਪਣੇ ਨਾਰੇ ਵੀਰ ਭਰਾ ਬੈਠੇ ਨੇ ਉਹ ਸਾਰੇ ਵਹਿੰਦੇ ਨੇ, ਤਾਂ ਉਹ ਚੀਜ਼ਾਂ ਵਧੀਆ ਨਹੀਂ ਹੈ। ਇਹਦੇ ਵਿੱਚ ਆਪਾਂ ਸਾਰਾ ਚੀਜ਼ਾਂ ਦਿਖਾਓ ਵੀ, ਖੇਤਾਂ ਦਿਖਾਓ, ਕਿਵੇਂ ਦਿਖਾਓ, ਕਿਵੇਂ ਕੀ ਕੀ ਹੋ ਰਿਹਾ, ਕਿਵੇਂ ਕੀ, ਸਾਰੀਆਂ ਚੀਜ਼ਾਂ ਦਿਖਾਓ। ਆਪਾਂ ਉਹ ਟਰਾਈ ਕਰੀ ਜਾਂਦੇ ਜੀ। ਨਹੀਂ ਨਹੀਂ, ਬਾਕੀ ਤੁਹਾਡੇ ਵਰਗਿਆਂ ਦੀ ਸਪੋਰਟ ਹੋ ਜਾਂਦੀ ਹੈ, ਬਸ ਇੰਨਾ ਹੀ ਬਹੁਤ ਹੈ ਜੀ। ਜਿੱਥੇ ਮਰਜ਼ੀ ਸ਼ੇਅਰ ਕਰਾਓ, ਕੋਸ਼ ਕਰਾਂਗੇ ਆਪਾਂ ਸਾਰਾ ਤੁਹਾਡੇ ਨਾਲ। ਬਸ ਠੀਕ, ਚੱਕ ਲਓ ਬਸ ਫੱਟੇ, ਬਸ ਚੱਕ ਰੱਖਿਆ ਜੀ ਕੰਮ ਆਪਾਂ ਦਾ, ਪੂਰਾ ਪੂਰਾ ਜਿੰਦਾਬਾਦ ਹੈ ਜੀ ਬਸ ਹੁਣ ਤਾਂ। ਇਹ ਸਾਡੇ ਡਾਇਰੈਕਟਰਸ ਨੇ ਜੀ ਵੀਡੀਓ ਦੇ, ਅਤੇ ਬਾਕੀ ਸਾਰੀ ਟੀਮ ਸੈਟਅਪ ਸਾਰਾ ਰੈਡੀ ਹੈਗਾ। ਆ ਬਾਕੀ ਸਾਰੇ ਬੈਠੇ ਨੇਗੇ, ਦੇਖ ਸਕਦੇ ਹੋ ਕਿੰਨੇ ਜਣਿਆਂ ਦੀ ਮਿਹਨਤ ਲੱਗਦੀ ਹੈ ਗਾਣੇ ਵਾਸਤੇ। ਸਾਡੇ ਬੱਬੂ ਭਾਅ ਜੀ ਅਤੇ ਬਾਕੀ ਸਾਡੀ ਟੀਮ ਆ, ਡਾਇਰੈਕਸ਼ਨ ਵਾਲੀ ਤੁਸੀਂ ਦੇਖਦੇ ਹੋਵੋਗੇ। ਉੱਧਰ ਧਰਤੀ ਭਾਅ ਜੀ ਸਟੈਪ ਸਮਝਾ ਰਹੇ ਨੇ ਕੁੜੀ ਨੂੰ, ਇੱਧਰ ਸਾਡੇ ਕੈਮਰਾਮੈਨ ਜੀ, ਅਤੇ ਸਾਰੇ ਸੈਟਅਪ ਚੈੱਕ ਕਰੀਏ ਹੁਣ, ਲਾਈਟਿੰਗ ਵਗੈਰਾ ਹੋ ਚੁੱਕੀ ਆ, ਓਕੇ ਰਿਪੋਰਟ ਜਮਾਂ। ਇਹਨਾਂ ਨੂੰ ਵੀ ਤੁਸੀਂ ਮੇਨ ਲੀਡ ਵਾਸਤੇ ਜੇ ਕੰਟੈਕਟ ਕਰਨਾ ਹੋਵੇ ਰੋਇਲ ਹਵੇਲੀ ਨਾਲ ਕੰਟੈਕਟ ਕਰ ਸਕਦੇ ਹੋ। ਮਾਡਲ ਨੇ ਸੀਨ 'ਤੇ ਸੀਨ ਚੱਲੀ ਜਾ ਰਹੇ ਨੇ, ਅਤੇ ਹੁਣ ਸਾਡੇ ਲੋਗਾ ਭਾਅ ਜੀ ਆਪ ਪਹੁੰਚ ਗਏ ਕੈਮਰੇ ਅੱਗੇ। ਇਹ ਕਹਿੰਦੇ ਹੁਣ ਮੈਂ ਆਪ ਬਹਿ ਕੇ ਇੱਥੋਂ ਸ਼ੂਟ ਕਰੂੰਗਾ, ਅਤੇ ਦੇਖੋ ਤੁਸੀਂ ਅੱਗੇ ਅੱਗੇ ਕੀ ਬਣਦਾ ਸੀਨ। ਕਹਿੰਦੇ ਸਿਰਾ ਹੀ ਕਰਨਾ ਅੱਜ ਦਾ, ਕਹਿੰਦੇ ਬਸ। ਮੈਂ ਇੱਕ ਗੱਲ ਜੀ ਦੇਖੀ ਯਾਰ, ਕੰਮ ਕੋਈ ਵੀ ਸੌਖਾ ਨਹੀਂ ਹੈਗਾ। ਗਾਣੇ ਗੁਣੇ ਜੇ ਸੁਣਦੇ ਆਂਗੇ ਐਂ ਲੱਗਦਾ ਯਾਰ ਸਿੰਗਰਾਂ ਦੀ ਲਾਈਫ ਜੀ ਬਹੁਤ ਵਧੀਆ, ਕੋਈ ਮੌਜ ਨਾਲ ਫਿਰਦੇ ਨੇ ਆਪਦਾ ਗਾਣੇ ਜੇ ਬਣਾਏ, ਚਲੋ ਜੀ ਟਾਵਰ ਹੈ ਵਧੀਆ ਇਹਨਾਂ ਦੀ। ਪਰ ਅੱਜ ਸ਼ੂਟਿੰਗ 'ਤੇ ਆ ਕੇ ਪਤਾ ਚੱਲਦਾ ਯਾਰ ਵੀ ਕੰਮ ਇਹ ਵੀ ਬਹੁਤ ਔਖਾ ਹੈ। ਇੱਕ ਇੱਕ ਟੇਕ ਨੂੰ ਘੰਟਾ ਦੋ ਦੋ ਘੰਟੇ ਲੱਗ ਜਾਂਦੇ ਨੇ,
ਦੋ ਦੋ ਤਿੰਨ ਤਿੰਨ ਸਕਿੰਟ ਦਾ ਸ਼ਾਰਟ ਹੁੰਦਾ ਗਾ ਸੋ ਉਹ ਚੀਜ਼ ਦੇਖ ਕੇ ਪਤਾ ਚੱਲਦਾ ਅਸਲ 'ਚ ਆਪਾਂ ਨੂੰ ਨਾ ਬੈਠਿਆਂ ਨੂੰ ਘਰੇ ਮੌਜ ਨਾਲ ਐਂ ਲੱਗਦਾ ਹੁੰਦਾ ਯਾਰ ਕੋਈ ਔਖਾ ਕੰਮ ਨਹੀਂ ਤਾਂ ਸੌਖਾ ਹੀ ਆ ਜਿਵੇਂ ਮੈਨੂੰ ਪਹਿਲਾਂ ਬਲੌਗਿੰਗ ਲੱਗਦੀ ਹੁੰਦੀ ਸੀ ਪਰ ਮਿਹਨਤ ਹਰੇਕ ਕੰਮ 'ਚ ਹੈ ਸੋ ਅੱਜ ਸ਼ੂਟ 'ਤੇ ਆ ਕੇ ਪਤਾ ਚੱਲਿਆ ਇਹ ਚੀਜ਼ ਮੈਂ ਇਸ ਗੱਲ ਕਰ ਰਿਹਾ ਸੀ ਮੈਂ ਕਿਹਾ ਜੀ ਮਿਹਨਤ ਹਰੇਕ ਕੰਮ 'ਚ ਹੈ ਹਨਾ ਬਾਹਲੀ ਮਿਹਨਤ ਹੈ ਜੀ ਦੇਖੋ ਵਾਰ ਵਾਰ ਕੱਟ ਰੋਲ ਵਾਰ ਵਾਰ ਹੁੰਦਾ ਉਸਤਾਦ ਜੀ ਘਰੇ ਬਹਿ ਕੇ ਲੱਗਦਾ ਹੁੰਦਾ ਵੀ ਯਾਰ ਸ਼ੂਟਿੰਗ ਦਾ ਕੀ ਔਖੀ ਹੈ ਬਹੁਤ ਔਖਾ ਕੰਮ ਆ ਪਰ ਦੇਖ ਰਹੇ ਆ ਵੀ ਕਿਵੇਂ ਬਣਦਾ ਗਾਣਾ ਕਿਵੇਂ ਨਹੀਂ ਬਣਦਾ ਪਰ ਬਾਲਾ ਕੁਝ ਹੁੰਦਾ ਉਹੀ ਗੱਲ ਹੈ ਜੀ ਕੰਮਾ ਜਾਮਾ ਬਾਲਾ ਫਿੱਟ ਕਰਨਾ ਪੈਂਦਾ ਬਾਬਾ ਜੀ ਦੱਸੋ ਵੀ ਸ਼ੂਟਿੰਗ ਬਾਰੇ ਵਲੌਗ ਬਣ ਰਿਹਾ ਅੱਛਾ ਜੀ ਸ਼ੂਟਿੰਗ ਦੇਖ ਰਹੇ ਹੋ ਤੁਸੀਂ ਕਿੱਦਾਂ ਦਾ ਸਿਸਟਮ ਲੱਗਿਆ ਸਾਡਾ ਸਾਰਾ ਲਾਈਟਿੰਗ ਆ ਗਈ ਫੋਟ ਬੁਆਏ ਹੋ ਗਏ ਕਾਫੀ ਪ੍ਰਾਊਡ ਹੋ ਜਾਂਦਾ ਇਕੱਠਾ ਰਹਿੰਦਾ ਉਹੀ ਗੱਲ ਕਰ ਰਹੇ ਹਾਂ ਕਿ ਆਪਾਂ ਨੂੰ ਲੱਗਦਾ ਕੰਮ ਬਹੁਤ ਸੌਖਾ ਹੈ ਗਣੀ ਨਹੀਂ ਪਰ ਜਦੋਂ ਆਪਾਂ ਦੇਖਦੇ ਹਾਂ ਰਿਐਲਿਟੀ ਫਿਰ ਪਤਾ ਚੱਲਦਾ ਇਹ ਚੀਜ਼ ਬਾਰੇ ਵੀ 5 ਮਿੰਟ ਦੇ ਗਾਣੇ ਲਈ ਦੋ ਦੋ ਤਿੰਨ ਤਿੰਨ ਦਿਨ ਲੱਗ ਜਾਂਦੇ ਨੇ ਉਹੀ ਗੱਲ ਹੈ ਜੀ ਫਿਰ ਹਫ਼ਤਾ ਐਡੀਟਿੰਗ ਨੂੰ ਲੱਗ ਜਾਂਦਾ ਜੀ ਹਾਂ ਜੀ ਸੀਸੀ ਹੁੰਦੇ ਆ ਕਲਰ ਰਿਲੈਕਸ ਹੁੰਦੇ ਆ ਕਾਫੀ ਟਾਈਮ ਲੱਗ ਜਾਂਦਾ ਨਾ ਬਾਕੀ ਫਿਰ ਜਦੋਂ ਡਾਇਰੈਕਟਰ ਚੰਗੇ ਹੋਣ ਫਿਰ ਤਾਂ ਵਾਹਲਾ ਟਾਈਮ ਲੱਗਦਾ ਨਾ ਇਹ ਤਾਂ ਕੁਝ ਨਹੀਂ ਹੈਗਾ ਹਾਂ ਜੀ ਇਦਾਂ ਦਾ ਕੁਝ ਨਹੀਂ ਹੈਗਾ ਬਸ ਮਿਹਨਤ ਤਾਂ ਹਰ ਇੱਕ ਚੀਜ਼ ਤੇ ਆਉਂਦੀ ਹੁਣ ਤੁਸੀਂ ਵਲੌਗ ਬਣਾਉਂਦੇ ਤੁਹਾਨੂੰ ਮਿਹਨਤ ਕਿੰਨੀ ਆਉਂਦੀ ਹੈ ਇਹ ਤਾਂ ਹੈ ਤੁਹਾਨੂੰ ਐਂ ਜੀ ਕਰਦਾ ਵੀ ਛੱਡਦਾ ਕੰਮ ਕਿਹੜਾ ਕਹੇਗਾ ਤਾਂ ਬਹੁਤ ਕਰਦਾ ਹੁੰਦਾ ਜੀ ਕੋਈ ਵੀ ਕੰਮ ਇੱਕ ਵਾਰੀ ਧੱਕਦਾ ਬੰਦੇ ਨੂੰ ਕੁਛ ਕਰਦਾ ਵੀ ਛੱਡ ਰਹਿਣ ਦੇ ਪਰ ਉਦੋਂ ਬਾਅਦ ਸਵਾਲ ਬਹੁਤ ਵਧੀਆ ਆਉਂਦਾ ਆਪਾਂ ਹਰ ਇੱਕ ਚੀਜ਼ ਨੂੰ ਟਾਈਮ ਬਸ ਬਸ ਘਾਟ ਨਾ ਰਹਿ ਜਾਏ ਜੀ ਕੋਈ ਜੰਮਾ ਵੀ ਜੀ ਘਾਟ ਨਾ ਰਹਿ ਜਾਏ ਮਾਂ ਬਸ ਉਹ ਦਹੀਂ ਨੂੰ ਲੱਗਣਾ ਚੱਲ ਚੱਲ ਮੈਂ ਜਲਦੀ ਕਰ ਰੀਲ ਪੂਰੀ ਟੌਪ ਬਣਨੀ ਚਾਹੀਦੀ ਆ ਥੋੜੀ ਚਾਂਸ ਤੋਂ ਮੈਂ ਕਰ ਛੱਡੋ ਬਸ ਓਹੋ ਚਲੋ ਹੁਣ ਆਪਾਂ ਤੁਹਾਨੂੰ ਮੇਕਅਪ ਵਾਲੇ ਕਮਰੇ 'ਚ ਵੀ ਲੈ ਕੇ ਚੱਲਦੇ ਹਾਂ ਦਿਖਾਉਣਾ ਤੁਹਾਨੂੰ ਸਾਰੇ ਕਿੱਦਾਂ ਇੱਥੇ ਮੇਕਅਪ ਮੁਕਅਪ ਕਰਕੇ ਸਾਰੇ ਮਾਡਲ ਫਿਰ ਤਿਆਰ ਹੁੰਦੇ ਨੇ ਬਹੁਤ ਲੰਬਾ ਪ੍ਰੋਸੈਸ ਹੈ ਸ਼ੂਟਿੰਗ ਦਾ ਵੀ ਚਲੋ ਕੋਈ ਨਾ ਨਹੀਂ ਦੱਸਦੇ ਤੁਸੀਂ ਡਿੱਗੇ ਸੀਗੇ ਸਾਰੀ ਟੀਮ ਹਾਂਜੀ ਸ਼ੂਟਿੰਗ ਤੋਂ ਆ ਕੇ ਆਪਾਂ ਵਾਪਸ ਅਤੇ ਜਿਹੜਾ ਜਿਹੜਾ ਵਲੌਗ ਇਹਨੂੰ ਆਪਾਂ ਇੱਥੇ ਹੀ ਕਰਦੇ ਹਾਂ ਐਂਡ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਹੁਣ ਤੁਹਾਨੂੰ ਮਿਲਦੇ ਹਾਂ ਕਿਸੇ ਆਈਡੀਆ ਨਾਲ